वाहगुरु जी का खालसा, वाहगुरु जी की फतेह। अज गोलपर ने जी वीडियो आ जी, ये 2 मीटर का कपड़ा हैगा ते फुल वैल का कपड़ा है, तो चलो वीडियो देखते हैं। पहला थोड़े थले जी एक पटका बना होना चाहिए गा, तो इदू बाद आप ट्रैंगल बना लेंगे, जो आप ट्रैंगल बनाने होंगे तो ट्रैंगल बना के पिछे ले जाएंगे। ट्रैंगल इन्ना बढ़िया नहीं बनया, चंगी तरह ट्रैंगल बना लेना तुसी। फिर इस तरह 2 किनारे फड़ के एक किनारे नूं कन्ना दे उत्तों दी इदां इत्थे लगा देना गा, हाथ नहीं छड्डना तुसी, इहनूं तहां दी ले आ के इस तरह पूरा कस के ला देना गा। पूरी सफाई नाल पहला लड़, जे थोड़े थोड़े तो माड़े मोटे बल पैंदे आ तुसी बट भी पा सकदे होंगे, तो पिछे लै जाएंगे घुमा के। इत्थों आप पूरी दुबारे करनी है जी, नाल दी नाल ही पूरी करांगे आपां। देखो जिहड़ा थल्ला कॉर्नर है उह तहां रह जाएंगे, जिहड़ा थल्ला आह रह गया इहनूं इस तरह फड़ लाँगे, इत्थों माड़ा थले खिच के कपड़ा बिच पा देंगे, ਨੂੰ ਇੱਧਰ ਲਿਆ ਕੇ ਅਤੇ ਦੂਸਰੇ ਲੜ ਵਿੱਚ ਥੋੜ੍ਹੇ ਮੋਟੇ ਬੱਟ ਪਾਉਣੇ ਆਪਾਂ। ਹੁਣ ਬੱਟ ਦੇਖੋ ਕਿੱਦਾਂ ਪਾਉਣੇ ਹੈਗੇ, ਪਹਿਲਾਂ ਹੱਥ ਖਿੱਚ ਲੈਣਾ ਗਾ ਅਤੇ ਫਿਰ ਇੱਦਾਂ, ਤਾਂ ਚੂੰਡੀ ਪਰ ਤੁਸੀਂ ਬੱਟ ਪਾਉਣੇ ਨੇ, ਇਸ ਤਰ੍ਹਾਂ ਪੂਰਾ ਕੱਸ ਕੇ ਲਗਾ ਦੇਣਾ ਗਾ। ਦੇਖੋ ਹੁਣ ਆਪਾਂ ਪੂਰੀ ਦੁਬਾਰਾ ਕਰਾਂਗੇ, ਆਹ ਦੇਖੋ ਜਿਹੜਾ ਆਹ ਕੋਰਨਰ ਸੀਗਾ ਇਹਨੂੰ ਆਪਾਂ ਤਾਹਾਂ ਲੈ ਜਾਂਗੇ, ਅਤੇ ਜਿਹੜਾ ਥੱਲੇ ਕੱਪੜਾ ਬਚਿਆ ਗਾ ਇਹਨੂੰ ਆਪਾਂ ਤਾਹਾਂ ਖਿੱਚ ਕੇ ਬਸ ਆਪਣਾ ਜਿਹੜਾ ਲੜਾ ਉਹ ਠੀਕ ਹੋ ਜੂਗਾ, ਅਤੇ ਇਸ ਤਰ੍ਹਾਂ ਲਗਾ ਦਾਂਗੇ। ਤਾਂ ਤੋਂ ਜਿਹੜਾ ਕੱਪੜਾ ਹੁੰਦਾ ਗਾ ਇਹਨੂੰ ਆਪਾਂ ਥੱਲੇ ਖਿੱਚ ਲਾਂਗੇ, ਅਤੇ ਪੂਰਾ ਖੋਲ੍ਹ ਕੇ ਲੜ ਨੂੰ ਲਗਾ ਲਾਂਗੇ। ਪਿੱਛੇ ਆ ਕੇ ਪੱਲੇ ਨੂੰ ਫਿੱਟ ਕਰ ਦਾਂਗੇ ਆਪਾਂ ਇਸ ਤਰ੍ਹਾਂ। ਦੇਖੋ ਇੰਨਾ ਕੱਪੜਾ ਬਚਿਆ ਗਾ ਇਹਨੂੰ ਆਪਾਂ ਇੱਥੇ ਫਿੱਟ ਕਰ ਦਿੰਦੇ ਹਾਂ। ਉਸ ਤੋਂ ਬਾਅਦ ਤੁਸੀਂ ਬਸ ਸੈੱਟ ਕਰ ਲੈਣਾ ਗਾ ਪਰਨਾ। ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ, ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦੱਬਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।